हाँ जी, वाहिगुरु जी का खालसा, वाहिगुरु जी की फतेह। सत श्री अकाल सारिआं नूं। हाँ जी, एक होर अपडेट देनी सी इज़राइल ते गाजा दी पैलेस्टीन वालिआं दी वार दे उत्ते। उहदे विच मोसाद जिहड़ी इज़राइल दी मोसाद इंटैलीजेंस आ जिहड़ी उहनां दी, ते उहदा हैडक्वार्टर सीगा इराक दे विच। ईरान वालिआं ने इत्थों छड्डी मिज़ाइल जिहड़ी, मेरा ख्याल भी वह क्रूज मिज़ाइल सीगी, वह एन स्टीक निशाना ला के तबाह करती। उहदे विच मैनूं लगता 5-6 जिहड़े टॉप ऑफिसर सी वह मारे गए। तो ईरान ने कहा सीगा भी असी सही वक्त ते सही निशाना ਅਤੇ ਸਾਡੀ ਜਿਹੜੀ ਮਿਲਟਰੀ ਆ ਉਹ ਆਪੇ ਡਿਸਾਈਡ ਕਰੂਗੀ ਕਿੱਥੇ ਬੰਬ ਸਿੱਟਣਾ, ਕਿਵੇਂ ਅਸੀਂ ਬਦਲਾ ਲੈਣਾ, ਕਿਵੇਂ ਕੀ ਕਰਨਾ। ਉਹਨਾਂ ਦੇ ਆ ਪਿੱਛੇ ਜਿਹੜੀ ਕਾਸਮ ਸੁਲੇਮਾਨੀ ਦੀ ਜਿਹੜੀ ਵਰਸੀ ਸੀ, ਉੱਥੇ ਵਰਸੀ ਵਾਲੇ ਦਿਨ ਉੱਥੇ ਇਕੱਠ ਸੀਗਾ, ਸਿੱਧਾ ਸ਼ਰਧਾਂਜਲੀ ਪੇਸ਼ ਕਰਨੀ ਸੀਗੀ। ਉੱਥੇ ਕਿਤੇ 2 ਬੰਬ ਬਲਾਸਟ ਹੋ ਗਏ ਸੂਟਕੇਸ ਦੇ ਵਿੱਚ, ਇੱਕ ਪਹਿਲਾਂ ਹੋ ਗਿਆ, ਇੱਕ ਫਿਰ ਹੋ ਗਿਆ। ਉਹ ਗੱਡੀ ਦੇ ਵਿੱਚ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹ ਮਸਾਦ ਵਾਲੇ ਸੀਗੇ ਵਿੱਚ, ਉਹਨਾਂ ਦੇ ਸੀਗੇ। ਉਹਨਾਂ ਦੀ ਇੰਟੈਲੀਜੈਂਸ ਬਹੁਤ ਤਕੜੀ ਆ ਨਾ, ਬੰਦੇ ਬਹੁਤ ਛੱਡੇ ਹੋਏ ਆ ਉਹਨਾਂ ਨੇ। ਅਤੇ ਉਹ 2 ਬਲਾਸਟ ਹੋਏ, ਉਹ ਮੈਨੂੰ ਲੱਗਦਾ 104-5 ਕੁ ਬੰਦੇ ਵਿਚਾਰੇ ਨਿਰਦੋਸ਼ ਸੀਗੇ ਜਿਹੜੇ ਸ਼ਰਧਾਂਜਲੀ ਦੇਣ ਆਏ, ਉਹ ਮਾਰੇ ਗਏ। ਪਤਾ ਨਹੀਂ ਕਿੰਨੇ ਫੱਟੜ ਹੋ ਗਏ, ਮੈਨੂੰ ਲੱਗਦਾ 100-150 ਫੱਟੜ ਵੀ ਹੋ ਗਿਆ ਸੀਗੇ। ਅਤੇ ਉਹਨੇ ਕਿਹਾ ਸੀਗਾ ਵੀ ਇਹ ਅਮੈਰੀਕਾ ਦਾ ਅਤੇ ਇਜ਼ਰਾਇਲ ਵਾਲਿਆਂ ਦਾ ਹੱਥ ਆ, ਵੀ ਇਹ ਕੋਈ ਗੱਲ ਨਹੀਂ ਉਹਨਾਂ ਦਾ ਹੱਥ ਆ, ਅਤੇ ਉਹਨਾਂ ਨੇ ਇਹ ਕਰਵਾਇਆ ਵੀ ਇਹਦਾ ਬਦਲਾ ਅਸੀਂ ਜ਼ਰੂਰ ਲਿਆ ਜਾਊਗਾ, ਵੀ ਮਿਲਟਰੀ ਡਿਸਾਈਡ ਕਰੂ ਕਦੋਂ ਅਤੇ ਕਿੱਥੇ ਕਿਵੇਂ ਲੈਣਾ ਸੀ ਬਦਲਾ, ਉਹ ਆਪੇ ਲਊਗੀ। ਅਤੇ ਇੱਕ ਤਾਂ ਇਹ ਅਪਡੇਟ ਸੀਗੀ। ਦੂਜੀ ਅਪਡੇਟ ਸੀਗੀ, ਇੱਕ ਕੱਲ੍ਹ ਅਮੈਰੀਕਾ ਅਤੇ ਯਮਨ ਦਾ ਚੱਲਦਾ ਵਾ, ਉਹਨਾਂ ਜਮਨ ਦੇ ਉੱਤੇ ਅਮੈਰੀਕਾ ਕਰਦਾ ਵਾ, ਅਟੈਕ ਕਰਦਾ ਵੀ ਤੂੰ ਰੈੱਡ ਸੀਲ ਖੋਹ, ਹੈ ਨਾ, ਵੀ ਖੋਲ੍ਹਦੇ ਰੈੱਡ ਸੀਲ, ਵੀ ਤੈਨੂੰ ਕੋਈ ਹੈ ਨਹੀਂ ਗਾ ਰੈੱਡ ਸੀਲ ਦੇ ਵਿੱਚ, ਕੋਈ ਤੈਨੂੰ ਅਧਿਕਾਰ ਨਹੀਂ ਹੈਗਾ। ਕੱਲ੍ਹ ਜਮਨ ਵਾਲਿਆਂ ਨੇ ਮਾਰ ਕੇ ਮਿਜ਼ਾਇਲ, ਉਹ ਜਿਹੜਾ ਸ਼ਿਪ ਸੀਗਾ ਉਹ ਵਾਰਸ਼ਿਪ, ਉਹਦੇ 'ਤੇ ਮਿਜ਼ਾਇਲ ਮਾਰ ਕੇ ਉਹਨੇ ਦੱਸਤਾ, ਕਹਿੰਦਾ ਫਿਕਰ ਨਾ ਕਰ, ਕਹਿੰਦਾ ਕੋਈ ਨਹੀਂ ਅਸੀਂ ਬਦਲਾ ਲਵਾਂਗੇ। ਅਤੇ ਬਾਕੀ ਇੰਨੀ ਕੀ ਅਪਡੇਟ ਸੀ, ਅਤੇ ਬਾਕੀ ਫਿਰ ਅਸੀਂ ਦੱਸਦੇ ਹਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।